ਸਕੂਲ ਚੋਂ ਟੀਚਰ ਦੀ ਹੋਈ ਬਦਲੀ ਤਾਂ ਵਿਦਿਆਰਥੀਆਂ ਨੇ ਲਗਾਤਾਰ ਧਰਨਾ। ਬਦਲੀ ਰੋਕਣ ਦੀ ਬੱਚਿਆਂ ਨੇ ਕੀਤੀ ਮੰਗ। ਤਾਂ ਦੱਸ ਦਈਏ ਕਿ ਸਕੂਲ ਦੇ ਵਿੱਚ ਕੁਝ ਅਧਿਆਪਕ ਤੁਹਾਡੇ ਹਰਮਨ ਪਿਆਰੇ ਹੁੰਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਦਿਲ ਤੋਂ ਜੁੜ ਜਾਂਦੇ ਹੋ, ਪਰ ਕਈ ਵਾਰ ਇਹਨਾਂ ਟੀਚਰਾਂ ਦੀ ਬਦਲੀ ਹੋ ਜਾਂਦੀ ਹੈ ਤਾਂ ਮਨ ਬਹੁਤ ਉਦਾਸ ਹੋ ਜਾਂਦਾ ਹੈ। ਪਰ ਇਸ ਸਕੂਲ ਦੇ ਵਿਦਿਆਰਥੀਆਂ ਨੇ ਤਾਂ ਆਪਣੇ ਟੀਚਰ ਦੀ ਬਦਲੀ 'ਤੇ ਧਰਨਾ ਹੀ ਲਗਾ ਦਿੱਤਾ ਅਤੇ ਕਿਹਾ ਕਿ ਟੀਚਰ ਦੀ ਬਦਲੀ ਨੂੰ ਟਾਲਿਆ ਜਾਵੇ, ਜਿਸ ਦੇ ਵਿੱਚ ਇਹਨਾਂ ਨੇ ਸਕੂਲ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਲਹਿਰਾ ਗਾਗਾ ਦਾ, ਜਿੱਥੇ ਸਕੂਲ ਆਫ ਐਮੀਨੈਂਸ ਦੇ ਇੱਕ ਪੰਜਾਬੀ ਦੇ ਲੈਕਚਰਰ ਨੇ ਆਪਣੀ ਬਦਲੀ ਆਨਲਾਈਨ ਅਪਲਾਈ ਕੀਤੀ ਸੀ, ਜਿਸ ਤੋਂ ਬਾਅਦ ਬੱਚਿਆਂ ਨੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਕਿ ਸਾਡੀ ਪੜ੍ਹਾਈ 'ਤੇ ਇਹਨਾਂ ਦੇ ਜਾਣ ਤੋਂ ਬਾਅਦ ਕਾਫੀ ਅਸਰ ਪੈ ਜਾਣਾ, ਇਸ ਲਈ ਉਹਨਾਂ ਨੇ ਇਹ ਬਦਲੀ ਟਾਲਣ ਦੇ ਲਈ ਸਕੂਲ ਦੇ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਟੀਚਰ ਨੇ ਦੱਸਿਆ ਕਿ ਸਕੂਲ ਦੇ ਵਿੱਚ ਉਹਨਾਂ 'ਤੇ ਕਾਫੀ ਪ੍ਰੈਸ਼ਰ ਸੀ, ਜਿਸ ਦੇ ਲਈ ਉਹਨਾਂ ਨੇ ਇਹ ਬਦਲੀ ਅਪਲਾਈ ਕੀਤੀ ਸੀ, ਪਰ ਜੇਕਰ ਉਹ ਇੱਥੇ ਵੀ ਰਹਿੰਦੇ ਨੇ ਤਾਂ ਉਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਹੈ। ਇਸ ਸੰਬੰਧੀ ਹੁਣ ਪ੍ਰਿੰਸੀਪਲ ਦੇ ਵੱਲੋਂ ਵੀ ਪੂਰਾ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ। ਤਾਂ ਆਪਣੇ ਟੀਚਰ ਦੀ ਬਦਲੀ ਟਾਲਣ ਦੇ ਲਈ ਹੁਣ ਸਕੂਲੀ ਵਿਦਿਆਰਥੀਆਂ ਨੇ ਸਕੂਲ ਦੇ ਵਿੱਚ ਧਰਨਾ ਲਗਾ ਦਿੱਤਾ ਅਤੇ ਵੱਡੇ ਪੱਧਰ 'ਤੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਮੈਂ ਬਤੌਰ ਪ੍ਰਿੰਸੀਪਲ 4 ਦਿਨ ਪਹਿਲਾਂ ਹੀ ਟ੍ਰਾਂਸਫਰ ਹੋ ਕੇ ਹੋ ਰਿਹਾ ਹਾਂ। ਮੈਂ 6 ਤਰੀਕ ਨੂੰ ਜੁਆਇਨ ਕੀਤਾ ਸੀ ਇਸ ਸਕੂਲ ਨੂੰ। ਸਰ, ਅੱਜ ਬੱਚਿਆਂ ਨੇ ਪ੍ਰੋਟੈਸਟ ਕੀਤਾ ਹੈਗਾ, ਕੀ ਕਾਰਨ ਹੈਗਾ ਜਿਹੜਾ ਬੱਚੇ ਨੇ? ਇਹ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ, ਇਹਨਾਂ ਨੇ ਜੋ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਪੋਲਿਸੀ ਸੀਗੀ, ਔਨਲਾਈਨ ਟ੍ਰਾਂਸਫਰ ਪੋਲਿਸੀ, ਉਸ ਦੇ ਵਿੱਚ ਸਰ ਨੇ ਟ੍ਰਾਂਸਫਰ ਭਰਤੀ ਸੀਗੀ ਅਤੇ ਸਰ ਦੀ ਟ੍ਰਾਂਸਫਰ ਵੀ ਹੋ ਗਈ ਹੋਈ ਹੈ। ਅਤੇ ਪਰ ਬੱਚੇ ਅਤੇ ਪੇਰੈਂਟਸ ਔਰ SMC ਉਹ ਸਰ ਨਾਲ ਮੋਹ ਕਰਦੇ ਹੈ, ਸਰ ਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਰ ਸਾਡੇ ਲਈ ਵਧੀਆ ਕਰ ਰਹੇ ਸੀਗੇ, ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ, ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਹੈ। ਸਰ, ਤੁਸੀਂ ਆਪਣੇ ਵੱਲੋਂ ਕੁਛ ਲਿਖ ਕੇ ਭੇਜਿਆ ਕਿ ਮਤਲਬ ਜਿਸ ਤਰ੍ਹਾਂ ਬੱਚਿਆਂ ਨੇ, ਪੇਰੈਂਟਸ ਨੇ ਤੁਹਾਡੇ ਕੋਲ ਗੁਹਾਰ ਲਗਾਈ ਹੈ ਕਿ ਟੀਚਰ ਨਹੀਂ ਬਦਲਣੇ ਚਾਹੀਦੇ? ਸਰ, ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੇ ਆਰਡਰ ਨੇ ਅਤੇ ਇਹਨਾਂ ਆਰਡਰਾਂ ਦੇ ਵਿੱਚ ਸਪੈਸ਼ਲੀ ਖਾਸ ਤੌਰ 'ਤੇ ਮੈਂਸ਼ਨ ਕੀਤੀ ਗਈ ਸੀ ਇਹ ਲਾਈਨ ਕਿ ਵੀ ਜੋ ਬਦਲੀ ਹੈ ਬੜੇ ਧਿਆਨ ਨਾਲ ਸੋਚ ਸਮਝ ਕੇ ਭਰੀ ਜਾਵੇ, ਕਿਉਂਕਿ ਬਦਲੀ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤੀ ਜਾਏਗੀ। ਤਾਂ ਪਰੰਤੂ ਫਿਰ ਵੀ ਮਾਪਿਆਂ ਦੀ ਮੰਗ ਦੇ ਉੱਪਰ ਜੋ ਵੀ ਮੇਰੇ ਇਹਨਾਂ ਦੀ ਮੰਗ ਹੈ, ਮੈਂ ਉਹ ਸਾਡੇ ਜ਼ਿਲ੍ਹਾ ਅਧਿਕਾਰੀ ਨੂੰ ਮੈਂ ਭੇਜ ਦਿੱਤੀ ਗਈ। ਮੇਰਾ ਨਾਮ ਕਾਮਨੀ ਰਾਣੀ ਹੈ, ਮੈਂ +2 ਕਮਰਸ SOE ਦੀ ਵਿਦਿਆਰਥਣ ਹਾਂ। ਮੈਂ ਸਕੂਲ ਆਫ ਐਮੀਨੈਂਸ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਵਿੱਚ ਪੜ੍ਹਦੀ ਹਾਂਗੀ। ਅੱਜ ਧਰਨਾ ਕਿਉਂ ਲਗਾਇਆ ਤੁਸੀਂ? ਬਾਹਰ ਗੇਟ ਦੇ ਬਾਹਰ ਬੈਠੇ ਹੋ, ਕੀ ਕਾਰਨ ਹੈਗਾ? ਇਹ ਧਰਨਾ ਕਿਉਂਕਿ ਇਸ ਕਰਕੇ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਾਰ ਨੇ, ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਅਤੇ ਉਹ ਸਕੂਲ ਦੀ ਸਾਰੀ ਬਾਗਦੌੜ ਨੇ ਉਹ ਸੰਭਾਲਦੇ ਨੇ, ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਅਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ। ਪਰ ਹੁਣ ਉਹ ਆਪਣੀ ਟ੍ਰਾਂਸਫਰ ਛਾਜਲੀ ਸਕੂਲ ਦੇ ਵਿੱਚ ਕਰਾ ਰਹੇ ਨੇ, ਜੋ ਅਸੀਂ ਨਹੀਂ ਚਾਹੁੰਦੇ, ਕਿਉਂਕਿ ਅਗਰ ਉਹ ਛਾਜਲੀ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਅਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਅਤੇ ਉਹ ਵੀ ਸਾਰੇ ਕੀ ਹੈ ਚਲੇ ਜਾਣਗੇ। ਲੈਕਚਰਰਸ ਦੀ ਤਾਂ ਸਾਡੇ ਸਕੂਲ ਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਕਮੀ ਹੈ ਅਤੇ ਨਰਿੰਦਰ ਸਰ ਦੇ ਜਾਣ ਦੇ ਨਾਲ ਸਾਡੀ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ, ਜੋ ਕਿ ਅਸੀਂ ਨਹੀਂ ਚਾਹੁੰਦੇ। SOE ਸਕੂਲ ਸਿਰਫ ਨਰਿੰਦਰ ਸਰ ਦੇ ਕਰਕੇ ਹੀ ਟਿਕਿਆ ਹੋਇਆ ਹੈ। ਲਹਿਰੇ ਦੇ ਵਿੱਚ ਫਸਟ SOE ਸਕੂਲ ਖੁੱਲ੍ਹੇ ਹੈ ਅਤੇ ਜੋ ਕਿ ਮੈਨੂੰ ਲੱਗਦਾ ਕਿ ਲਹਿਰੇ ਦੀ ਡਿਵਲਪਮੈਂਟ ਦੇ ਲਈ ਬਹੁਤ ਅੱਛਾ ਹੈਗਾ। ਪਰ ਹੁਣ ਅਗਰ ਨਰਿੰਦਰ ਸਰ ਚਲੇ ਗਏ ਤਾਂ SOE ਸਾਰਾ ਵਿਗੜ ਜਾਏਗਾ ਅਤੇ ਇਸ ਕਰਕੇ ਸਾਰੇ ਜੋ SOE ਵਿਦਿਆਰਥੀ ਨੇ ਸਾਰੇ ਇੱਧਰ ਉੱਧਰ ਹੋ ਜਾਣਗੇ ਅਤੇ ਜਿਸ ਕਰਕੇ ਸਾਡੀ ਪੜ੍ਹਾਈ ਦਾ ਅਤੇ ਸਾਡੇ ਫਿਊਚਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਹੁਣ ਅਸੀਂ
ਮੰਗ ਕਰਦੇ ਹਾਂ ਕਿ ਜੋ ਸਾਡੇ ਐਸ ਇੰਚਾਰਜ ਪ੍ਰਿੰਸੀਪਲ ਸਰ ਨੇ ਨਰਿੰਦਰ ਸਰ, ਅਤੇ ਉਹ ਸਾਡੇ ਸਕੂਲ ਦੇ ਵਿੱਚ ਹੀ ਰਹਿਣ, ਅਤੇ ਜੋ ਉਹਨਾਂ ਦੀ ਬਦਲੀ ਹੈ ਉਹ ਸਰਕਾਰ ਰੱਦ ਕਰ ਦੇਵੇ। ਅੱਜ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਪੇਰੈਂਟਸ ਵੀ ਆਏ ਹੈ, ਅਤੇ ਉਹਨਾਂ ਨੇ ਵੀ ਸਾਡੇ ਨਾਲ ਬੈਠ ਕੇ ਧਰਨਾ ਲਗਾਇਆ। ਅਸੀਂ ਸਾਰੇ ਬਾਹਰ ਬੈਠ ਕੇ ਧਰਨਾ ਲਗਾ ਰਹੇ ਹਾਂ ਕਿਉਂਕਿ ਸਾਡੇ ਨਰਿੰਦਰ ਸਰ ਪ੍ਰਿੰਸੀਪਲ ਅਤੇ ਸਾਡੇ ਪੰਜਾਬੀ ਦੇ ਲੈਕਚਰਾਰ ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਹੈ, ਛਾਜਰੀ ਸਕੂਲ ਦੇ ਵਿੱਚ ਟ੍ਰਾਂਸਫਰ ਕਰਾਉਣਾ ਚਾਹੁੰਦੇ ਹਾਂ, ਜੋ ਕਿ ਅਸੀਂ ਨਹੀਂ ਚਾਹੁੰਦੇ ਕਿਉਂਕਿ ਸਾਡੇ ਪੇਰੈਂਟਸ ਬਹੁਤ ਜ਼ਿਆਦਾ ਸੈਟਿਸਫਾਈ ਨੇਗੇ ਇਹਨਾਂ ਨਾਲ, ਕਿਉਂਕਿ ਇਹਨਾਂ ਨੇ ਸਾਡੇ ਸਕੂਲ 'ਚ ਬਹੁਤ ਜ਼ਿਆਦਾ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕੀਤੀ ਹੋਈ ਹੈ। ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਗਾ, ਜੋ ਕਿ ਅਸੀਂ ਨਹੀਂ ਚਾਹਵਾਂਗੇ ਕਦੇ ਵੀ ਉਹ ਸਾਡੇ ਸਕੂਲ ਨੂੰ ਛੱਡ ਕੇ ਜਾਣ ਕਿਤੇ ਵੀ। ਅਤੇ ਉਹ ਮਤਲਬ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹਵਾਂਗੇ ਵੀ ਸਾਡੇ ਨਰਿੰਦਰ ਸਰ ਨੂੰ ਵੀ ਮਤਲਬ ਇਹ ਸਕੂਲ 'ਚੋਂ ਛਾਜਲੀ 'ਚ ਟ੍ਰਾਂਸਫਰ ਨਾ ਕਰਨ। ਉਹਨਾਂ ਦੀ 28 ਤਰੀਕ ਨੂੰ ਬਦਲੀ ਹੋਈ ਹੈ, ਅਤੇ ਉਸ ਤੋਂ ਬਾਅਦ ਕੋਈ ਵੀ ਪੰਜਾਬੀ ਦਾ ਲੈਕਚਰਾਰ ਉਰੇ ਨਹੀਂ ਆਇਆ, ਅਤੇ ਅਸੀਂ ਇਹੀ ਚਾਹਵਾਂਗੇ ਕਿ ਉਹਨਾਂ ਨੂੰ ਸਾਡੇ ਸਕੂਲ 'ਚ ਨਾ ਜਾਣ ਦਿੱਤਾ ਜਾਵੇ ਅਤੇ ਉਹਨਾਂ ਦੀ ਬਦਲੀ ਨਾ ਹੋਵੇ। ਮੇਰੇ ਬੱਚੇ ਜੀ ਇਸ ਸਕੂਲ ਦੇ ਵਿੱਚ, ਮੇਰਾ ਬੇਟਾ ਅਤੇ ਬੇਟੀ ਦੋ ਇਸ ਸਕੂਲ 'ਚ ਪੜ੍ਹਦੇ ਆ ਜੀ, ਅਤੇ ਜਦੋਂ ਮੇਰੇ ਬੇਟਾ ਜੀ ਗਰਲ ਸਕੂਲ ਦੇ ਵਿੱਚ ਪਹਿਲਾਂ ਪੜ੍ਹਦੇ ਸੀਗੇ ਜੀ, ਅਤੇ ਉੱਥੇ ਵਧੀਆ ਪੋਜੀਸ਼ਨ ਸੀ, ਇਹਨਾਂ ਨੇ ਐਮੀਨੈਸ ਦਾ ਟੈਸਟ ਪਾਸ ਕੀਤਾ ਜੀ, ਅਤੇ ਉਦੋਂ ਸਰ ਨਰਿੰਦਰ ਸਰ ਨੇ ਮੈਨੂੰ ਬਹੁਤ ਕੀਤਾ ਵੀ ਇੱਥੇ ਐਮੀਨੈਸ ਸਕੂਲ ਆ ਰਿਹਾ ਵੀ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲ ਰਿਹਾ, ਬਹੁਤ ਵਧੀਆ ਵੀ ਹੋਊਗਾ, ਤੁਸੀਂ ਗੁੜੀਆਂ ਨੂੰ ਰੇ ਲਾਓ। ਅਤੇ ਮੈਂ ਉਦੋਂ ਬਹੁਤ, ਮੈਨੂੰ ਇਹ ਵੀ ਲੱਗਿਆ ਵੀ ਮੁੰਡਿਆਂ ਵਾਲਾ ਸਕੂਲ ਆ ਸ਼ਾਇਦ ਉੱਥੇ ਕੋਈ ਹੋਵੇ, ਪਰ ਮੈਂ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਗੁੜੀਆ ਦੀ ਐਡਮਿਸ਼ਨ ਕਰਾਈ, ਅਤੇ ਸਕੂਲ ਦੇ ਦੀ ਇੰਨੀ ਵਧੀਆ ਮੈਨੇਜਮੈਂਟ ਜੋ ਨਰਿੰਦਰ ਸਰ ਨੇ ਆਪਣੇ ਢੰਗ ਨਾਲ ਚਲਾਇਆ ਹੋਇਆ ਸੀ। ਮੈਂ ਸਕੂਲ ਦੇ ਵਿੱਚ 1995 ਦੇ ਵਿੱਚ 10ਵੀਂ ਕੀਤੀ ਹੈ, ਜਾਂ ਮੈਂ ਉਦੋਂ ਸਾਡੇ ਸ਼ਾਮ ਲਾਲ ਮਾਸਟਰ ਜੀ ਸੀ ਉਹਨਾਂ ਦੀ ਦੇਖੇ ਜਾਂ ਨਰਿੰਦਰ ਸਰ ਦੀ ਦੇਖੀ। ਸਾਡਾ ਇਹ ਅਸਰ ਆ ਵੀ ਮੈਨੂੰ ਪਤਾ ਵੀ ਇਸ ਸਕੂਲ ਦਾ ਜੋ ਮੈਨੇਜਮੈਂਟ ਆ ਕਿੰਨੀ ਵਧੀਆ ਨਰਿੰਦਰ ਸਰ ਚਲਾ ਰਹੇ ਸੀ, ਅਤੇ ਕਿਵੇਂ ਇਸ ਐਮੀਨੈਸ ਸਕੂਲ ਨੂੰ ਚਲਾ ਰਹੇ ਆ, ਬਹੁਤ ਵਧੀਆ ਮਿਹਨਤ ਕਰ ਰਹੇ ਆ, ਇਹਨਾਂ ਦੇ ਹੁੰਦੇ ਸਾਨੂੰ ਆਪਣੇ ਬੱਚਿਆਂ ਦਾ ਕੋਈ ਫਿਕਰ ਨਹੀਂ। ਅਤੇ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਜੇ ਨਰਿੰਦਰ ਸਰ ਨੇ ਕੁਛ ਕਾਰਨਾਂ ਕਰਕੇ ਬਦਲੀ, ਤਾਂ ਮੈਂ ਨਰਿੰਦਰ ਸਰ ਨੂੰ ਕਹਿ ਰਿਹਾ ਵੀ ਸਾਡੇ ਪੇਰੈਂਟਸ ਸਭ ਲਈ ਆ ਵੀ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹਨਾਂ ਦੀ ਟ੍ਰਾਂਸਫਰ ਰੋਕੀ ਜਾਵੇ, ਅਤੇ ਜੋ ਸਾਡੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਜੀ ਬੈਂਸ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਅਤੇ ਸਾਡੇ ਸਾਰੇ ਸਕੂਲ ਦੇ ਸਟਾਫ ਪੇਰੈਂਟਸ ਵੱਲੋਂ ਵੀ ਇਹਨਾਂ ਦੀ ਬਦਲੀ ਰੋਕ ਕੇ ਇਹਨਾਂ ਨੂੰ ਇੱਥੇ ਰੱਖਿਆ ਜਾਵੇ, ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਨਾ ਹੋਵੇ। ਅਸੀਂ ਇਹਨਾਂ 'ਤੇ ਤੋਂ ਬੜੇ ਖੁਸ਼ ਹਾਂ, ਅਤੇ ਇਹਨਾਂ ਦੇ ਹੁੰਦੇ ਸਾਨੂੰ ਸਾਡੇ ਬੱਚੇ ਦੀ ਕੋਈ ਵੀ ਕਿਸੇ ਰਾਹ ਦੀ ਫਿਕਰ ਨਹੀਂ ਹੈ ਵੀ ਸਾਡਾ ਬੱਚਾ। ਮੈਂ ਨਰਿੰਦਰਪਾਲ ਸਿੰਘ ਜੀ, ਪੰਜਾਬੀ ਲੈਕਚਰਰ, ਸਕੂਲ ਆਫ ਐਮੀਨੈਂਸ ਲਹਿਰਾ ਕਾਕਾ। ਸਰ ਮੈਂ ਬਦਲੀ ਆਪਣੇ ਆਪ ਹੀ ਔਨਲਾਈਨ ਅਪਲਾਈ ਕੀਤੀ ਸੀ, ਆਪਣੀ ਮਰਜ਼ੀ ਨਾਲ ਹੀ ਕੀਤੀ ਸੀ, ਲੇਕਿਨ ਅੱਜ ਕੁਛ ਕੁ SMC ਦੇ ਮੈਂਬਰ ਸਾਹਿਬਾਨ ਅਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਰ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਾਣ ਦੇਣਾ ਹੈਗਾ। ਇਸ ਲਈ ਮਤਲਬ ਇਹਨਾਂ ਨੇ ਅੰਸ਼ਕ ਤੌਰ 'ਤੇ ਜਿਹੜਾ ਧਰਨਾ ਜਾਂ ਮੁਜ਼ਾਹਰਾ ਜੋ ਵੀ ਆਪਾਂ ਕਹਿ ਸਕਦੇ ਹਾਂ ਉਹ ਕੀਤਾ, ਅਤੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਤਰਾਜ਼ ਨਹੀਂ ਹੈਗਾ। ਜੇ ਮੈਂ ਉਰੇ ਵੀ ਰਹੂੰਗਾ, ਮੈਂ ਉਰੇ ਵੀ ਪਹਿਲਾਂ ਵੀ ਚੰਗੀ ਤਰ੍ਹਾਂ ਵਰਕ ਕਰ ਰਿਹਾ, ਉਰੇ ਵੀ ਵਰਕ ਕਰੂੰਗਾ। ਜੇ ਮੈਂ ਉੱਥੇ ਚਲਾ ਜਾਂਦਾ ਤਾਂ ਮੈਂ ਉੱਥੇ ਵੀ ਮਤਲਬ ਆਪਣਾ ਕੰਮ ਬਦਲੀ ਕਰਾਉਣ ਦਾ ਸੋਚਿਆ ਕਿਉਂ? ਮਤਲਬ ਜਦ ਤੁਸੀਂ ਇੰਨੇ ਹਰਮਨ ਪਿਆਰੇ ਬੱਚਿਆਂ ਦੇ ਟੀਚਰ ਹੋ, ਤਾਂ ਇੱਦਾਂ ਕਿਉਂ ਮਨ ਦੇ ਵਿੱਚ ਆਈ? ਸਰ ਇਸ ਤਰ੍ਹਾਂ ਹੁੰਦਾ ਵੀ ਮੇਰੀ ਜਿਹੜੀ ਆਪਦੀ ਮਤਲਬ ਉਹ ਹੈ, ਉਹ ਇਹ ਹੈ ਕਿ ਮੈਂ ਮਤਲਬ ਥੋੜ੍ਹਾ ਜਿਹਾ ਇਹ ਸੀ ਵੀ ਥੋੜ੍ਹੀ ਜਿਹੀ ਰਾਹਤ ਮਿਲ ਜੂਗੀ, ਕਿਉਂਕਿ ਮੇਰੇ ਕੋਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਚਾਰਜ ਤੌਰ 'ਤੇ ਮੈਂ ਕੰਮ ਕਰ ਰਿਹਾ ਸੀ। ਇਸ ਲਈ ਮੈਨੂੰ ਲੱਗਿਆ ਵੀ ਮੈਂ 2 ਸਾਲ ਕਿਤੇ ਹੋਰ ਲਾਵਾਂ, ਅਤੇ ਨਾਲੇ ਇਸ ਕਰਕੇ ਵੀ ਮੈਂ ਸੋਚਿਆ ਕਿ ਮੈਂ ਕੁਛ ਹੋਰ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਹੋਰ ਐਮੀਨੈਂਸ ਦੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖ ਸਕਾਂ। ਇਸ ਲਈ ਮੈਂ ਮਤਲਬ ਬਦਲੀ ਜਿਹੜੀ ਉਹ ਅਪਲਾਈ ਕੀਤੀ ਸੀ। ਪਰ ਬੱਚਿਆਂ ਨੇ ਅੱਜ ਪ੍ਰੋਟੈਸਟ ਕੀਤਾ, ਬੱਚੇ ਚਾਹੁੰਦੇ ਤੁਸੀਂ ਇੱਥੇ ਰਹੋ, ਤੁਸੀਂ ਰਹਿਣ ਨੂੰ ਤਿਆਰ? ਬਿਲਕੁਲ ਜੀ, ਜੇ ਬੱਚੇ ਕਰ ਰਹੇ ਨੇ ਤਾਂ ਜ਼ਰੂਰ ਮੈਂ ਆਪਣੀ ਇੱਛਾ ਅਨੁਸਾਰ ਰਹਿ ਸਕਦਾ, ਕੋਈ ਇਹੋ ਜਿਹੀ ਗੱਲ ਨਹੀਂ।